ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਐਸਟ੍ਰੋਲੋਜਰ ਐਂਡ ਐਡਵੋਕੇਟ ਗੁਰਸ਼ਰਨ ਕੌਰ। ਤੁਸੀਂ ਸਭ ਠੀਕ ਹੋ? ਔਰ ਮੈਂ ਜਿਵੇਂ ਤੁਹਾਨੂੰ ਕਿਹਾ ਸੀਗੀ ਕਿ ਫਰਾਈਡੇ ਨੂੰ ਮੈਂ ਤੁਹਾਨੂੰ ਜਿਹੜਾ ਹੈ ਕੁੰਡਲੀ ਪੜ੍ਹਨਾ ਸਿਖਾਉਂਗੀ, ਸੋ ਮੈਂ ਉਹ ਤੁਹਾਨੂੰ ਹੁਣ ਸਿਖਾਉਣ ਜਾ ਰਹੀ ਹਾਂ। ਔਰ ਪਹਿਲੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਕੁੰਡਲੀ ਬਾਰੇ ਕੁਛ, ਕਿ ਪਹਿਲੇ ਤਾਂ ਮੇਰਾ ਜਿਹੜਾ ਮੇਨ ਮੋਟਿਵ ਹੈ ਕੁੰਡਲੀ ਸਿਖਾਉਣ ਦਾ, ਉਹ ਹੈ ਕਿ ਤੁਹਾਨੂੰ ਜਿਹੜਾ ਹੈ ਵਹਿਮ ਭਰਮ ਚੋਂ ਕੱਢਿਆ ਜਾਵੇ, ਔਰ ਤੁਹਾਨੂੰ ਜਿਹੜਾ ਤੁਹਾਨੂੰ ਲੁੱਟਿਆ ਜਾ ਰਿਹਾ ਹੈ ਕਈ ਲੋਕਾਂ ਵੱਲੋਂ, ਜਿਹੜਾ ਤੁਹਾਨੂੰ ਐਵੇਂ ਵਹਿਮਾਂ ਭਰਮਾਂ ਦੇ ਵਿੱਚ ਪਾ ਕੇ ਉਸ ਚੀਜ਼ ਤੋਂ ਤੁਹਾਨੂੰ ਜਿਹੜਾ ਹੈ ਛੁਟਕਾਰਾ ਦਿਲਾਇਆ ਜਾਵੇ। ਸੋ ਇਸ ਲਈ ਮੈਂ ਜਿਹੜਾ ਹੈ ਕੁੰਡਲੀ ਸਿਖਾਉਣਾ ਜਿਹੜਾ ਹੈ ਸ਼ੁਰੂ ਕਰਨ ਜਾ ਰਹੀ ਹਾਂ। ਕੁੰਡਲੀ ਬਾਰੇ ਮੈਂ ਤੁਹਾਨੂੰ ਕੁਛ ਦੱਸਣਾ ਚਾਹੁੰਦੀ ਹਾਂ ਕਿ ਕੁੰਡਲੀ ਜਿਹੜੀ ਹੈ ਲਗਭਗ ਅੱਜ ਤੋਂ 5000 ਸਾਲ ਪਹਿਲਾਂ ਜਿਹੜਾ ਸੀਗਾ ਜੋਤਿਸ਼ ਪ੍ਰਾਸ਼ਰ ਜੀ ਦੁਆਰਾ ਜਿਹੜਾ ਸੀਗਾ ਕੁੰਡਲੀ ਬਾਰੇ ਜਿਹੜੀ ਸੀ ਜਾਣਕਾਰੀ ਦਿੱਤੀ ਗਈ ਸੀ, ਜਿਸ ਵਿੱਚ ਉਹਨਾਂ ਨੇ ਇਹ ਦੱਸਿਆ ਸੀਗਾ ਕਿ ਗ੍ਰਹਿ ਜਿਹੜੇ ਨੇ ਉਹ ਕਿੰਨੀ ਗਤੀ ਦੀ ਚਾਲ ਨਾਲ ਜਿਹੜੇ ਨੇ ਚੱਲਦੇ ਨੇ, ਔਰ ਬਹੁਤ ਬਹੁਤ ਚੀਜ਼ਾਂ ਉਹਨਾਂ ਨੇ ਜਿਹੜੀਆਂ ਸੀਗੀਆਂ ਦੱਸੀਆਂ ਕੁੰਡਲੀ ਬਾਰੇ। ਔਰ ਦੇਖਿਆ ਜਾਵੇ ਤਾਂ ਅੱਜ ਦੇ ਜਿਹੜੇ ਸਾਡੇ ਸਾਇੰਟਿਸਟ ਨੇ, ਜਿਹੜੇ ਵਿਗਿਆਨੀ ਨੇ, ਉਹ ਵੀ ਇਸ ਗੱਲ ਨੂੰ ਜਿਹੜਾ ਹੈ ਬਿਲਕੁਲ ਸਹੀ ਮੰਨਦੇ ਨੇ ਜੋ ਪ੍ਰਾਸ਼ਰ ਜੋਤਿਸ਼ ਜੀ ਨੇ ਕਿਹਾ ਸੀਗਾ, ਜਿਵੇਂ ਉਹਨਾਂ ਨੇ ਦੱਸਿਆ ਸੀ ਸੇਮ ਟੂ ਸੇਮ, ਉਹ ਵੀ ਉਹੀ ਦੱਸ ਰਹੇ ਨੇ ਕਿ ਹਾਂਜੀ ਵਾਕਿਆ ਹੀ ਗ੍ਰਹਿ ਇੰਨੀ ਗਤੀ ਦੇ ਨਾਲ ਜਿਹੜਾ ਹੈ ਚਾਲ ਚੱਲ ਰਹੇ ਨੇ। ਸੋ ਕੁੰਡਲੀ ਨੂੰ ਅਸੀਂ ਇੱਕ ਵਹਿਮ ਭਰਮ ਨਾ ਮੰਨ ਕੇ, ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਇਹ ਇੱਕ ਸਾਇੰਸ ਹੈ ਅੱਜ ਦੇ ਟਾਈਮ ਦੇ ਅਕੋਰਡਿੰਗ, ਅਗਰ ਅਸੀਂ ਇਸਨੂੰ ਮਾਡਰਨ ਸਾਇੰਸ ਕਹੀਏ ਤਾਂ ਬਹੁਤ ਜ਼ਿਆਦਾ ਵਧੀਆ ਹੋਏਗਾ। ਸੋ ਲੈਟ ਸਟਾਰਟ ਨਾਓ, ਚਲਦੇ ਹਾਂ ਕੁੰਡਲੀ ਵੱਲ ਕਿ ਇਹ ਹੈ ਕੁੰਡਲੀ ਜੀ। ਕੁੰਡਲੀ ਦੇ ਵਿੱਚ ਜਿਹੜੇ ਨੇ 12 ਘਰ ਹੁੰਦੇ ਨੇ। ਆ ਹੁੰਦਾ ਹੈ ਸੈਂਟਰ ਦੇ ਵਿੱਚ ਜਿਹੜਾ ਹੁੰਦਾ ਹੈ, ਇਹ ਹੁੰਦਾ ਹੈ ਫਸਟ ਹਾਊਸ, ਫਸਟ, ਸੈਕਿੰਡ, ਥਰਡ, ਫੋਰਥ, ਫਿਫਥ, ਸਿਕਸਥ, ਸੈਵਨਥ, ਏਟਥ, ਨਾਈਨਥ, ਟੈਂਥ, ਇਲੈਵਨਥ ਐਂਡ ਟਵੈਲਥ। ਕਿ ਕੁੰਡਲੀ ਦੇ ਅੰਦਰ ਜਿਹੜੇ ਨੇ 12 ਘਰ ਹੁੰਦੇ ਨੇ ਤੇ 12 ਹੀ ਜਿਹੜੀਆਂ ਨੇ ਰਾਸ਼ੀਆਂ ਹੁੰਦੀਆਂ ਨੇ। ਇਹਨਾਂ ਦੇ ਬਾਰੇ ਆਪਾਂ ਹੁਣੇ ਡਿਸਕਸ ਕਰਦੇ ਹਾਂ ਕਿ ਤੁਸੀਂ ਆਹ ਦੇਖਿਆ ਹੋਏਗਾ, ਮੈਂ ਲਿਖਿਆ ਹੈ 1 ਦੇ ਨਾਲ ਐਚ, 2 ਦੇ ਨਾਲ ਐਚ, 3 ਦੇ ਨਾਲ ਐਚ। ਇਹਦਾ ਮੀਨਿੰਗ ਇਹ ਹੈ ਕਿ ਫਸਟ ਹਾਊਸ, ਸੈਕਿੰਡ ਹਾਊਸ, ਥਰਡ ਹਾਊਸ, ਫੋਰਥ ਹਾਊਸ ਐਂਡ ਐਕਸੈਕਟਰਾ। ਕਿ ਹਾਊਸ ਜਿਹੜੇ ਨੇ ਉਹ ਇੱਕੋ ਜਗ੍ਹਾ ਤੇ ਰਹਿੰਦੇ ਨੇ, ਰਾਸ਼ੀਆਂ ਜਿਹੜੀਆਂ ਨੇ ਉਹ ਚੇਂਜ ਹੁੰਦੀਆਂ ਰਹਿੰਦੀਆਂ ਨੇ, ਉਹ ਮੂਵ ਕਰਦੀਆਂ ਨੇ ਹਾਊਸਿਸ ਦੇ ਅੰਦਰ। ਕਿ ਹੁਣ ਆਪਾਂ ਇਹ ਗੱਲ ਕਰਾਂਗੇ ਇੱਥੇ ਕਿ ਇਹਨਾਂ ਹਾਊਸਿਸ ਦੇ ਜਿਹੜੇ ਨੇ ਅਕੋਰਡਿੰਗ ਟੂ ਸਾਡੀ ਲਾਈਫ, ਇਹਨਾਂ ਦੇ ਸੁਭਾਅ ਕੀ ਨੇ, ਇਹਨਾਂ ਦੀ ਨੇਚਰ ਕੀ ਹੈ, ਕਿ ਇਹ ਸਾਡੀ ਬੋਡੀ ਨੂੰ, ਸਾਡੀ ਲਾਈਫ ਨੂੰ ਕਿਸ ਤਰ੍ਹਾਂ ਇਹਨਾਂ ਦਾ ਸਾਡੇ ਨਾਲ ਜਿਹੜਾ ਹੈ ਰਿਲੇਸ਼ਨ ਬਣਿਆ ਹੋਇਆ ਹੈ। ਆਪਾਂ ਗੱਲ ਕਰਦੇ ਹਾਂ ਫਸਟ ਹਾਊਸ ਦੀ। ਫਸਟ ਹਾਊਸ ਜਿਹੜਾ ਹੈ ਇਸਨੂੰ ਲਗਨ ਹਾਊਸ ਵੀ ਕਿਹਾ ਜਾਂਦਾ ਹੈ, ਲਗਨ ਭਾਵ। ਅਗਰ ਤੁਹਾਡੇ ਕੁੰਡਲੀ ਬਣੀ ਹੋਈ ਹੈ ਤਾਂ ਤੁਸੀਂ ਉਹਦੇ ਵਿੱਚ ਦੇਖਿਆ ਹੋਏਗਾ, ਇੱਥੇ ਲਿਖਿਆ ਹੋਏਗਾ ਲ ਜਾਂ ਲਗਨ, ਪੂਰਾ ਲਿਖਿਆ ਹੋਊਗਾ ਕਿ ਇਸ ਹਾਊਸ ਤੋਂ ਜਿਹੜਾ ਹੈ ਕੀ ਦੇਖਿਆ ਜਾਂਦਾ ਹੈ, ਸਾਡਾ ਸਰੀਰ ਦੇਖਿਆ ਜਾਂਦਾ ਹੈ, ਸਾਡੀ ਬੋਡੀ, ਸਾਡਾ ਚਿਹਰਾ, ਫੇਸ, ਸਾਡਾ ਕਰੈਕਟਰ, ਸਾਡਾ ਨੇਚਰ ਕਿਵੇਂ ਦਾ ਹੈ, ਸਾਡੀ ਦੇਹ ਕਿਵੇਂ ਦੀ ਹੈ, ਸਾਨੂੰ ਸਨਮਾਨ ਮਿਲੇਗਾ ਜਾਂ ਨਹੀਂ ਮਿਲੇਗਾ। ਠੀਕ ਹੈ ਜੀ, ਕਿ ਫਸਟ ਹਾਊਸ ਜਿਹੜਾ ਹੈ ਉਹ ਰੀਪ੍ਰੈਜੈਂਟ ਕਰਦਾ ਹੈ ਸਾਡੀ ਬੋਡੀ ਨੂੰ। ਓਕੇ, ਦੈਨ ਆਫਟਰ ਦੈਟ ਆ ਗਿਆ ਜੀ ਸੈਕਿੰਡ ਹਾਊਸ। ਸੈਕਿੰਡ ਹਾਊਸ ਜਿਹੜਾ ਹੈ ਇਹਨੂੰ ਕਿਹਾ ਜਾਂਦਾ ਹੈ ਧਨ ਭਾਵ ਜਾਂ ਕੁਟੁੰਬ ਭਾਵ ਵੀ ਇਹਨੂੰ ਕਹਿੰਦੇ ਨੇ। ਔਰ ਇਸ ਤੋਂ ਜਿਹੜਾ ਹੈ ਸੈਕਿੰਡ ਹਾਊਸ ਤੋਂ ਸਾਡੀ ਬਾਣੀ ਬਾਰੇ ਕਿ ਸਾਡਾ ਵੇ ਆਫ ਟੋਕਿੰਗ ਕਿੱਦਾਂ ਦਾ ਹੈ, ਕਿ ਸਾਡੀ ਬਾਣੀ ਜਿਹੜੀ ਸਾਡੀ ਬੋਲਚਾਲ ਦੀ ਜਿਹੜਾ ਅਸੀਂ ਬੋਲਦੇ ਹਾਂ ਉਹ ਮਿੱਠਾ ਬੋਲਦੇ ਹਾਂ ਕਿ ਕੜਵਾ ਬੋਲਦੇ ਹਾਂ, ਕਿਸ ਤਰ੍ਹਾਂ ਦਾ ਲੋਕਾਂ ਦੇ ਨਾਲ ਬਿਹੇਵ ਕਰਦੇ ਹਾਂ ਅਸੀਂ, ਉਹ ਬਾਣੀ ਜਿਹੜੀ ਹੈ ਇੱਥੋਂ ਸੈਕਿੰਡ ਹਾਊਸ ਤੋਂ ਦੇਖੀ ਜਾਂਦੀ ਹੈ। ਔਰ ਇਸਨੂੰ ਧਨ ਭਾਵ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਪੈਸਾ ਅਸੀਂ ਕਮਾਉਂਦੇ ਹਾਂ ਉਹ ਪੈਸਾ ਸਾਡੇ ਕੋਲ ਜੁੜਦਾ ਹੈ ਜਾਂ ਨਹੀਂ ਜੁੜਦਾ ਹੈ, ਇਹ ਵੀ ਸੈਕਿੰਡ ਹਾਊਸ ਤੋਂ ਜਿਹੜਾ ਹੈ ਦੇਖਿਆ ਜਾਂਦਾ ਹੈ। ਉਸ ਤੋਂ ਬਾਅਦ ਆ ਗਿਆ ਜੀ ਕੁਟੁੰਬ ਭਾਵ, ਯਾਨੀ ਕਿ ਸਾਡਾ ਪਰਿਵਾਰ। ਪਰਿਵਾਰ ਵੀ ਜਿਹੜਾ ਹੈ ਉਹ ਸੈਕਿੰਡ ਹਾਊਸ ਤੋਂ ਹੀ ਦੇਖਿਆ ਜਾਂਦਾ ਹੈ। ਸਾਡੀ ਸੱਜੀ ਅੱਖ, ਸਾਡੀ ਜਿਹੜੀ ਹੈ ਸਟਾਰਟਿੰਗ ਦੀ ਐਜੂਕੇਸ਼ਨ, ਬੇਸਿਕ ਐਜੂਕੇਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਵੀ ਜਿਹੜੀ ਹੈ ਸੈਕਿੰਡ ਹਾਊਸ ਤੋਂ ਦੇਖੀ ਜਾਂਦੀ ਹੈ। ਉਸ ਤੋਂ ਬਾਅਦ ਆ ਗਿਆ ਜੀ ਥਰਡ ਹਾਊਸ। ਥਰਡ ਹਾਊਸ ਜਿਹੜਾ ਹੈ, ਥਰਡ ਹਾਊਸ ਜਿਹੜਾ ਇਸਨੂੰ ਜ਼ਿਆਦਾ ਚੰਗਾ ਨਹੀਂ ਮੰਨਿਆ ਜਾਂਦਾ। ਕਿਉਂ ਨਹੀਂ ਮੰਨਿਆ ਜਾਂਦਾ? ਕਿਉਂਕਿ ਇਹ ਪ੍ਰਕਰਮ ਭਾਵ ਹੈ, ਮਤਲਬ ਕਿ ਇਹ ਸਾਨੂੰ ਬਹੁਤ ਜ਼ਿਆਦਾ ਮਿਹਨਤ ਕਰਾਉਂਦਾ ਹੈ ਇਹ ਹਾਊਸ, ਔਰ ਮਿਹਨਤ ਕਰਾਉਣ ਤੋਂ ਬਾਅਦ ਜਾ ਕੇ ਜਿਹੜਾ ਹੈ ਰਿਜ਼ਲਟ ਦੇ ਦਿੰਦਾ ਹੈ, ਬਟ ਬਹੁਤ ਜ਼ਿਆਦਾ ਮਿਹਨਤ ਦੇ ਕਾਰਨ ਜਿਹੜਾ ਹੈ ਇਸਨੂੰ ਜ਼ਿਆਦਾ ਚੰਗਾ ਨਹੀਂ ਮੰਨਿਆ ਜਾਂਦਾ। ਇਸ ਥਰਡ ਹਾਊਸ ਤੋਂ ਅਸੀਂ ਕੀ ਦੇਖਦੇ ਹਾਂ ਕਿ ਸਾਡੇ ਪੜੋਸੀ ਕਿਹੋ ਜਿਹੇ ਹੋਣਗੇ, ਉਹਨਾਂ ਦੀ ਨੇਚਰ ਕਿੱਦਾਂ ਦੀ ਹੋਊਗੀ, ਝਗੜਾਲੂ ਜੇ ਤਾਂ ਨਹੀਂ ਹੋਣਗੇ ਜਾਂ ਵਧੀਆ ਰਹਿਣਗੇ ਸਾਡੇ ਨਾਲ,
ਸੱਜੇ ਕੰਨ ਬਾਰੇ ਸਾਡੇ ਬਾਰੇ ਇੱਥੋਂ ਜਾਣਕਾਰੀ ਮਿਲਦੀ ਹੈ, ਸੱਜੇ ਹੱਥ ਬਾਰੇ ਜਿੱਦਾਂ ਕੋਈ ਕੰਨ 'ਚ ਜਾਂ ਹੱਥ 'ਚ ਪ੍ਰੋਬਲਮ ਹੋ ਜਾਂਦੀ ਹੈ ਤਾਂ ਅਸੀਂ ਇੱਥੋਂ ਦੇਖ ਸਕਦੇ ਹਾਂ ਕਿਉਂ ਆਈ ਇਹ ਪ੍ਰੋਬਲਮ। ਛੋਟੇ ਭੈਣ ਭਰਾਵਾਂ ਦਾ ਵੀ ਜਿਹੜਾ ਹੈ ਇਹ ਹਾਊਸ ਹੈ ਕਿ ਉਹ ਕਿਵੇਂ ਦੇ ਹੋਣਗੇ, ਪਲੱਸ ਜਿਹੜਾ ਹੈ ਛੋਟੀਆਂ ਮੋਟੀਆਂ ਯਾਤਰਾਵਾਂ ਜਿਹੜੀਆਂ ਨੇ ਉਹ ਵੀ ਅਸੀਂ ਥਰਡ ਹਾਊਸ ਤੋਂ ਦੇਖਦੇ ਹਾਂ। ਨੈਕਸਟ ਹੈ ਜੀ ਫੋਰਥ ਹਾਊਸ। ਫੋਰਥ ਹਾਊਸ ਜਿਹੜਾ ਹੈ ਇਸਨੂੰ ਬਹੁਤ ਹੀ ਜ਼ਿਆਦਾ ਵਧੀਆ ਘਰ ਮੰਨਿਆ ਜਾਂਦਾ ਹੈ, ਕਿਉਂ? ਕਿਉਂਕਿ ਇਹਦਾ ਜਿਹੜਾ ਹੈਗਾ ਰੀਪ੍ਰੈਜੈਂਟ ਕਰਦਾ ਹੈ ਸਾਡੀ ਮਦਰ ਨੂੰ, ਸਾਡੀ ਮਾਤਾ ਨੂੰ, ਸਾਡੀ ਮਾਂ ਨੂੰ। ਕਿਉਂਕਿ ਦੇਖੋ ਜਦੋਂ ਵੀ ਕੋਈ ਬੰਦਾ ਜਿਹੜਾ ਹੈ ਬਾਹਰ ਦੁਖੀ ਹੁੰਦਾ ਹੈ, ਜਦੋਂ ਵਾਪਿਸ ਉਹ ਆਪਣੀ ਮਾਂ ਦੀ ਗੋਦੀ ਵਿੱਚ ਆ ਜਾਂਦਾ ਹੈ ਤਾਂ ਉਸਨੂੰ ਕਿੰਨਾ ਸਕੂਨ ਮਿਲਦਾ ਹੈ। ਉਸੇ ਤਰ੍ਹਾਂ ਹੀ ਬਾਹਰ ਸਾਨੂੰ ਜਿੰਨੇ ਮਰਜ਼ੀ ਗ੍ਰਹਿ ਖਰਾਬ ਕਰ ਰਹੇ ਹੋਣ, ਜਦੋਂ ਅਸੀਂ ਉਸ ਗ੍ਰਹਿ ਨੂੰ ਫੋਰਥ ਹਾਊਸ ਦੇ ਵਿੱਚ ਪਹੁੰਚਾ ਦਿੰਦੇ ਹਾਂ ਉਪਾਅ ਕਰਕੇ, ਤਾਂ ਉਸ ਤੋਂ ਬਾਅਦ ਕੀ ਹੈ ਕਿ ਸਾਨੂੰ ਉਹਦੀ ਨੈਗੇਟਿਵਿਟੀ ਜਿਹੜੀ ਹੈ ਉਹ ਮਿਲਣੀ ਬੰਦ ਹੋ ਜਾਂਦੀ ਹੈ, ਉਹ ਆਪਣੇ ਪੋਜ਼ਿਟਿਵ ਰਿਜ਼ਲਟ ਜਿਹੜਾ ਹੈ ਦੇਣੇ ਸ਼ੁਰੂ ਕਰ ਦਿੰਦਾ ਹੈ। ਕਿ ਫੋਰਥ ਹਾਊਸ ਤੋਂ ਜਿਹੜਾ ਹੈ ਮਾਂ ਬਾਰੇ ਦੇਖਿਆ ਜਾਂਦਾ ਹੈ ਕਿ ਤੁਹਾਡੇ ਮਾਤਾ ਦੇ ਨਾਲ, ਤੁਹਾਡੀ ਮਦਰ ਦੇ ਨਾਲ ਰਿਲੇਸ਼ਨ ਕਿੱਦਾਂ ਦੇ ਹੋਣਗੇ, ਤੁਹਾਨੂੰ ਮਾਂ ਦਾ ਸੁੱਖ ਮਿਲੇਗਾ ਜਾਂ ਨਹੀਂ ਮਿਲੇਗਾ। ਜਿਹੜੇ ਵੀ ਤੁਸੀਂ ਵਾਹਨ ਖਰੀਦਣੇ ਨੇ, ਲਾਈਕਾ ਹੋ ਗਏ, ਸਕੂਟਰ, ਗੱਡੀਆਂ, ਕਾਰਾਂ ਜਿਵੇਂ ਹੋ ਗਈਆਂ, ਕਿ ਉਹ ਤੁਹਾਡੇ ਮਤਲਬ ਮਿਲਣਗੀਆਂ ਕਿ ਨਹੀਂ ਮਿਲਣਗੀਆਂ, ਉਹਨਾਂ ਦਾ ਸੁੱਖ ਤੁਹਾਨੂੰ ਮਿਲੇਗਾ ਨਹੀਂ ਮਿਲੇਗਾ, ਤੁਹਾਡਾ ਘਰੇਲੂ ਵਾਤਾਵਰਨ ਕਿੱਦਾਂ ਦਾ ਹੋਏਗਾ, ਐਜੂਕੇਸ਼ਨ ਜਿਹੜੀ ਹੈ ਬੇਸਿਕ ਐਜੂਕੇਸ਼ਨ ਤੋਂ ਬਾਅਦ ਦੀ ਐਜੂਕੇਸ਼ਨ ਜਿਹੜੀ ਆ ਉਹ ਇੱਥੋਂ ਦੇਖੀ ਜਾਂਦੀ ਹੈ, ਤੁਹਾਨੂੰ ਗ੍ਰਹਿਸਥ ਜੀਵਨ ਦਾ ਜਿਹੜਾ ਹੈ ਸੁੱਖ ਮਿਲੇਗਾ ਕਿ ਨਹੀਂ ਮਿਲੇਗਾ, ਔਰ ਮਕਾਨ ਦਾ ਸੁੱਖ ਜਿਹੜਾ ਹੈ ਮਿਲੇਗਾ ਕਿ ਨਹੀਂ ਮਿਲੇਗਾ, ਮਕਾਨ ਤੁਹਾਡੀ ਕਿਸਮਤ 'ਚ ਆਪਣਾ ਹੈਗਾ ਜਾਂ ਸਾਰੀ ਉਮਰ ਕਿਰਾਏ 'ਤੇ ਰਹੋਗੇ, ਰੈਂਟਲ ਰਹੋਗੇ, ਇਹ ਸਭ ਕੁਛ ਜਿਹੜਾ ਹੈ ਤੁਹਾਨੂੰ ਫੋਰਥ ਹਾਊਸ ਤੋਂ ਹੀ ਪਤਾ ਚੱਲੇਗਾ। ਉਸ ਤੋਂ ਬਾਅਦ ਹੈ ਜੀ ਫਿਫਥ ਹਾਊਸ। ਫਿਫਥ ਹਾਊਸ ਜਿਹੜਾ ਹੈ ਇਸਨੂੰ ਸੰਤਾਨ ਭਾਵ ਅਤੇ ਬੁੱਧੀ ਭਾਵ ਵੀ ਜਿਹੜਾ ਹੈ ਕਿਹਾ ਜਾਂਦਾ ਹੈ, ਕਿ ਇਸ ਭਾਵ ਤੋਂ ਸਾਨੂੰ ਇਸ ਘਰ ਤੋਂ ਪਤਾ ਚੱਲਦਾ ਹੈ ਕਿ ਸੰਤਾਨ ਦੀ ਪ੍ਰਾਪਤੀ ਹੋਏਗੀ ਜਾਂ ਨਹੀਂ ਹੋਏਗੀ, ਜਾਂ ਤੁਹਾਡੀ ਸੰਤਾਨ ਤੁਹਾਡੇ ਕਹਿਣ ਦੇ ਵਿੱਚ ਹੋਊਗੀ ਜਾਂ ਨਹੀਂ ਹੋਊਗੀ। ਭਾਵ ਕਹਿਣ ਦਾ ਇਹ ਹੈ ਕਿ ਤੁਹਾਨੂੰ ਸੰਤਾਨ ਦਾ ਸੁੱਖ ਮਿਲੇਗਾ ਕਿ ਨਹੀਂ ਮਿਲੇਗਾ। ਉਸ ਤੋਂ ਬਾਅਦ ਆ ਗਿਆ ਜੀ ਬੁੱਧੀ, ਕਿ ਸਾਡੀ ਜਿਹੜੀ ਬੁੱਧੀ ਹੈ ਉਹ ਕਿਵੇਂ ਦੀ ਹੋਏਗੀ। ਠੀਕ ਹੈ ਜੀ, ਇੱਥੋਂ ਜਿਹੜਾ ਹੈ ਸਾਨੂੰ ਤੁਹਾਨੂੰ ਫੇਮ ਮਿਲੇਗਾ ਜਾਂ ਨਹੀਂ ਮਿਲੇਗਾ। ਇਸ ਤੋਂ ਇਲਾਵਾ ਜਿਹੜਾ ਹੈ ਪ੍ਰੇਮ ਸੰਬੰਧ, ਜਿਹਨੂੰ ਆਪਾਂ ਲਵ ਅਫੇਅਰਸ ਵੀ ਕਹਿ ਦਿੰਦੇ ਹਾਂ, ਇਹ ਚੀਜ਼ਾਂ ਵੀ ਜਿਹੜੀਆਂ ਨੇ ਇਸੇ ਹਾਊਸ ਤੋਂ ਦੇਖਣ ਨੂੰ ਮਿਲਦੀਆਂ ਨੇ। ਉਸ ਤੋਂ ਬਾਅਦ ਅਚਾਨਕ ਧਨ ਦੀ ਪ੍ਰਾਪਤੀ, ਜਿਵੇਂ ਤੁਸੀਂ ਲਾਟਰੀ ਖਰੀਦੀ ਹੈ ਜਾਂ ਕੋਈ ਸੱਟਾ ਲਗਾਇਆ ਨਾ ਜਿਵੇਂ ਕਿਤੇ, ਤਾਂ ਇਹ ਚੀਜ਼ਾਂ ਜਿਹੜੀਆਂ ਨੇ ਵੀ ਇੱਥੋਂ ਹੀ ਪਤਾ ਚੱਲਦੀਆਂ ਨੇ। ਔਰ ਇਸ ਦੇ ਨਾਲ ਨਾਲ ਕਿ ਉਹ ਪਰਸਨ ਜਿਸ ਦੀ ਇਹ ਕੁੰਡਲੀ ਆਪਾਂ ਦੇਖਾਂਗੇ ਜਾਂ ਦੇਖ ਰਹੇ ਹਾਂ, ਤਾਂ ਉਹ ਬੰਦਾ ਜਿਹੜਾ ਹੈ, ਉਹ ਪਰਸਨ ਜਿਹੜਾ ਹੈ ਗੇਮਸ ਦੇ ਵਿੱਚ ਜਾਊਗਾ, ਉਹਦੇ ਵਿੱਚ ਕਿੰਨੀ ਕੁ ਐਨਰਜੀ ਹੈ, ਕਿ ਉਹ ਖੇਲਾਂ ਦੇ ਵਿੱਚ ਅੱਗੇ ਜਾ ਸਕਦਾ ਹੈ ਕਿ ਨਹੀਂ ਜਾ ਸਕਦਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਫਿਫਥ ਹਾਊਸ ਤੋਂ ਦੇਖੀਆਂ ਜਾਂਦੀਆਂ ਨੇ। ਦੈਨ ਆਫਟਰ ਦੈਟ ਆ ਗਿਆ ਜੀ ਸਿਕਸ ਹਾਊਸ। ਇੱਕ ਗੱਲ ਮੈਂ ਕਲੀਅਰ ਕਰਦਾ ਕਿ ਇਸ ਕੁੰਡਲੀ ਦੇ ਵਿੱਚ ਕਿਸੇ ਵੀ ਪਰਸਨ ਦੀ ਕੁੰਡਲੀ, ਕੋਈ ਵੀ ਕੁੰਡਲੀ ਹੈ, ਉਸਦੇ ਵਿੱਚ 6, 8 ਅਤੇ 12, ਯਾਨੀ ਕਿ 6th, 8th ਅਤੇ 12th ਹਾਊਸ ਨੂੰ ਜਿਹੜਾ ਹੈ ਚੰਗਾ ਨਹੀਂ ਮੰਨਿਆ ਜਾਂਦਾ। ਇਹਨਾਂ ਨੂੰ ਜਿਹੜਾ ਹੈ ਕੁੰਡਲੀ ਦੇ ਵਿੱਚ ਖੱਡੇ ਮੰਨਿਆ ਜਾਂਦਾ ਹੈ। ਜਿਸ ਤਰ੍ਹਾਂ ਕੋਈ ਪਰਸਨ ਖੱਡੇ ਦੇ ਵਿੱਚ ਡਿੱਗ ਪੈਂਦਾ ਹੈ ਤਾਂ ਉਸਨੂੰ ਚੋਟ ਵਗੈਰਾ ਲੱਗ ਜਾਂਦੀ ਹੈ, ਉਹਨੂੰ ਆਪਾਂ ਕਹਿੰਦੇ ਨੇ ਕਿ ਖੱਡਾ ਹੈ, ਚੰਗਾ ਨਹੀਂ ਹੁੰਦਾ। ਉਸੇ ਤਰ੍ਹਾਂ ਕੁੰਡਲੀ ਦੇ ਵਿੱਚ ਇਹ ਹਾਊਸ ਜਿਹੜੇ ਨੇ ਖੱਡੇ ਮੰਨੇ ਜਾਂਦੇ ਨੇ। ਇੱਥੇ ਕੋਈ ਵੀ ਗ੍ਰਹਿ ਆਉਂਦਾ ਹੈ ਤਾਂ ਉਹ ਜਿਹੜਾ ਹੈ ਨੈਗੇਟਿਵ ਪ੍ਰਭਾਵ ਹੀ ਦਿੰਦਾ ਹੈ, ਸੋ ਇਸ ਕਰਕੇ ਇਹਨਾਂ ਨੂੰ ਚੰਗੇ ਨਹੀਂ ਮੰਨਿਆ ਜਾਂਦਾ। ਹੁਣ ਆਪਾਂ ਗੱਲ ਕਰਦੇ ਹਾਂ ਸਿਕਸ ਹਾਊਸ ਦੀ, ਕਿ ਸਿਕਸ ਹਾਊਸ ਜਿਹੜਾ ਹੈ ਰੀਪ੍ਰੈਜੈਂਟ ਕਰਦਾ ਹੈ ਰੋਗ, ਰਿਣ, ਦੁਵੇਸ਼, ਸ਼ਤਰੂ, ਬਦਨਾਮੀ, ਝਗੜੇ, ਇਹਨਾਂ ਕਲੇਸ਼ਾਂ ਨੂੰ ਜਿਹੜਾ ਹੈ ਇਹ ਸਿਕਸ ਹਾਊਸ ਰੀਪ੍ਰੈਜੈਂਟ ਕਰਦਾ ਹੈ। ਇਸ ਤੋਂ ਇਲਾਵਾ ਜਿਹੜਾ ਹੈ ਮਾਮਾ, ਮਾਮੀ, ਮਾਸੀ ਅਤੇ ਨੌਕਰੀ ਵੀ ਜਿਹੜੀ ਹੈ ਇੱਥੋਂ ਹੀ ਦੇਖੀ ਜਾਂਦੀ ਹੈ, ਕਿ ਇਹ ਪਰਸਨ ਜਿਹੜਾ ਹੈ ਨੌਕਰੀ ਕਰੇਗਾ ਜਾਂ ਇਹ ਆਪਦਾ ਕੋਈ ਬਿਜ਼ਨਸ ਕਰੇਗਾ। ਮਤਲਬ ਜੇ ਨੌਕਰੀ ਦੇਖਣੀ ਹੈ ਤਾਂ ਸਿਕਸ ਹਾਊਸ ਤੋਂ ਦੇਖਣੀ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਆ ਗਿਆ ਸੈਵਨਥ ਹਾਊਸ। ਸੈਵਨਥ ਹਾਊਸ ਜਿਹੜਾ ਹੈ ਇਹ ਪਾਰਟਨਰਸ਼ਿਪ ਦਾ ਹਾਊਸ ਹੁੰਦਾ, ਚਾਹੇ ਉਹ ਲਾਈਫ ਪਾਰਟਨਰ ਦਾ ਹੋਵੇ, ਚਾਹੇ ਉਹ ਬਿਜ਼ਨਸ ਪਾਰਟਨਰ ਦਾ ਹੋਵੇ, ਕਿ ਇਹਨਾਂ ਦੇ ਨਾਲ ਸਾਡੇ ਰਿਸ਼ਤੇ ਜਿਹੜੇ ਨੇ ਉਹ ਕਿਵੇਂ ਦੇ ਹੋਣਗੇ। ਉਸ ਤੋਂ ਬਾਅਦ ਏਟਥ ਹਾਊਸ ਆ ਗਿਆ ਜੀ। ਏਟਥ ਹਾਊਸ ਜਿਹੜਾ ਹੈ ਇਹ ਵੀ ਸਿਕਸ ਹਾਊਸ ਦੀ ਤਰ੍ਹਾਂ ਚੰਗਾ ਨਹੀਂ ਮੰਨਿਆ ਜਾਂਦਾ, ਕਿਉਂਕਿ ਇਹ ਵੀ ਸ਼ਤਰੂਆਂ ਦਾ ਔਰ ਜਿਹੜਾ ਹੈ ਮਾਨਸਿਕ ਪਰੇਸ਼ਾਨੀ ਦੇਣ ਵਾਲਾ, ਕੋਈ ਐਕਸੀਡੈਂਟ ਅਚਾਨਕ ਹੋ ਜਾਣੇ, ਪੈਤ੍ਰਿਕ ਸੰਪੱਤੀ ਤੁਹਾਨੂੰ ਮਿਲੇਗੀ ਕਿ ਨਹੀਂ ਮਿਲੇਗੀ, ਆਪਣੀ ਆਯੂ ਬਾਰੇ ਕਿ ਆਯੂ ਕਿੰਨੀ ਹੈ, ਸਾਡੀ ਮੌਤ ਕਿਸ ਤਰ੍ਹਾਂ ਹੋਏਗੀ, ਇਹ ਸਭ ਚੀਜ਼ਾਂ ਜਿਹੜੀਆਂ ਨੇ ਸਾਰੀਆਂ ਏਟਥ ਹਾਊਸ ਤੋਂ ਦੇਖੀਆਂ ਜਾਂਦੀਆਂ ਨੇ। ਸੋ ਇਸ ਕਰਕੇ ਏਟਥ ਹਾਊਸ ਨੂੰ ਵੀ ਜਿਹੜਾ ਹੈ ਚੰਗਾ ਨਹੀਂ ਮੰਨਿਆ ਜਾਂਦਾ। ਪਰ ਇੱਕ ਪੋਜ਼ਿਟਿਵ ਪੁਆਇੰਟ ਇਹਦੇ ਵਿੱਚ ਹੈ, ਉਹ ਹੈ ਅਚਾਨਕ ਧਨ ਦੀ ਪ੍ਰਾਪਤੀ ਹੋਣਾ। ਜਿਸ ਤਰ੍ਹਾਂ ਸਿਕਸ ਹਾਊਸ ਦੇ ਵਿੱਚ ਇੱਕ ਪੋਜ਼ਿਟਿਵ ਪੁਆਇੰਟ ਸੀ ਕਿ ਨੌਕਰੀ ਜਿਹੜੀ ਇੱਥੋਂ ਦੇਖੀ ਜਾਂਦੀ ਹੈ, ਔਰ ਉਸੇ ਤਰ੍ਹਾਂ ਏਟਥ ਹਾਊਸ ਵੀ ਜਿਹੜਾ ਹੈ
ਨੈਗੇਟਿਵਿਟੀ ਦਾ ਪੁਆਇੰਟ ਹੈ, ਬਟ ਅਚਾਨਕ ਧਨ ਦੀ ਜਿਹੜੀ ਹੈ ਪ੍ਰਾਪਤੀ ਉਹ ਸਾਨੂੰ ਇਸ ਹਾਊਸ ਤੋਂ ਹੁੰਦੀ ਹੈ, ਇਸ ਕਰਕੇ ਇੱਕ ਪੁਆਇੰਟ ਇਹਦਾ ਚੰਗਾ ਹੈ। ਸੋ ਦੈਨ ਆਫਟਰ ਦੈਟ ਨੈਕਸਟ ਹੈ ਨਾਈਨਥ ਹਾਊਸ। ਨਾਈਨਥ ਹਾਊਸ ਜਿਹੜਾ ਹੈ ਇਹ ਵੀ ਅੱਛਾ ਮੰਨਿਆ ਜਾਂਦਾ ਹੈ। ਕਿਉਂ ਚੰਗਾ ਮੰਨਿਆ ਜਾਂਦਾ ਇਹਨੂੰ? ਕਿਉਂਕਿ ਇਹ ਜਿਹੜਾ ਹੈ ਆਪਾਂ ਕਹਿ ਲਈਏ ਕਿ ਧਾਰਮਿਕ ਪ੍ਰਵਿਰਤੀ ਵਾਲਾ ਜਿਹੜਾ ਹੈ ਹਾਊਸ ਹੈ। ਔਰ ਇਸ ਤੋਂ ਕੀ ਦੇਖਣ ਨੂੰ ਮਿਲਦਾ ਸਾਨੂੰ? ਦਾਦਾ ਜੀ ਬਾਰੇ, ਦਾਦੀ ਬਾਰੇ ਕਿ ਇਸ ਪਰਸਨ ਦੀ ਧਰਮ ਦੇ ਪ੍ਰਤੀ ਸ਼ਰਧਾ ਕਿੰਨੀ ਕੁ ਹੈ। ਲੰਮੀਆਂ ਯਾਤਰਾਵਾਂ ਯਾਨੀ ਕਿ ਫੋਰਨ ਜਾਣਾ ਹੈ ਆਪਾਂ ਤਾਂ ਉਹ ਵੀ ਜਿਹੜਾ ਹੈ ਨਾਈਨਥ ਹਾਊਸ ਤੋਂ ਪਤਾ ਚੱਲਦਾ ਹੈ। ਹਾਇਰ ਐਜੂਕੇਸ਼ਨ ਜਿਹੜੀ ਹੈ ਲਾਈਕ PhD MPhil ਵਗੈਰਾ ਜਾਂ ਕੁਛ ਵੀ ਹੋਰ ਤੁਸੀਂ ਕਰਦੇ ਹੋ ਹਾਇਰ ਐਜੂਕੇਸ਼ਨ ਦੇ ਵਿੱਚ, ਉਹ ਜਿਹੜੀ ਹੈ ਇੱਥੋਂ ਪਤਾ ਲੱਗਦੀ ਹੈ। ਔਰ ਪਤਨੀ ਦਾ ਛੋਟਾ ਭਰਾ ਜਿਹੜਾ ਹੈ ਉਹ ਵੀ ਸਾਨੂੰ ਉਹਦੇ ਬਾਰੇ ਇਸ ਹਾਊਸ ਤੋਂ ਪਤਾ ਲੱਗਦਾ ਹੈ। ਨੈਕਸਟ ਆ ਗਿਆ ਜੀ ਟੈਂਥ ਹਾਊਸ ਦੇ। ਹੁਣ ਕਿਹਾ ਜਾਵੇ ਤਾਂ ਨਾਈਨਥ ਹਾਊਸ ਓਵਰਆਲ ਜਿਹੜਾ ਹੈ ਅੱਛਾ ਹਾਊਸ ਹੈ। ਟੈਂਥ ਹਾਊਸ ਜਿਹੜਾ ਇਹਨੂੰ ਅਸੀਂ ਕਰਮ ਭਾਵ ਵੀ ਕਹਿੰਦੇ ਹਾਂ ਕਿ ਇਸ ਤੋਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਸਾਡਾ ਵਿਵਸਾਏ, ਸਾਡਾ ਕੰਮ ਜਿਹੜਾ ਕਰਨਾ ਹੈ ਉਹ ਕਿਵੇਂ ਦਾ ਕਰਨਾ ਹੈ, ਉਸ ਕੰਮ ਦੇ ਵਿੱਚ ਸਨਮਾਨ ਮਿਲੇਗਾ, ਵਪਾਰ ਦੇ ਵਿੱਚ ਘਾਟਾ ਹੋਏਗਾ ਜਾਂ ਸਫਲ ਹੋਵਾਂਗੇ, ਨੌਕਰੀ ਦੇ ਵਿੱਚ ਤਰੱਕੀ ਮਿਲੇਗੀ ਜਾਂ ਅਸੀਂ ਡਾਊਨਫੋਲ ਆਈ ਜਾਊਗਾ ਸਾਨੂੰ, ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਟੈਂਥ ਹਾਊਸ ਤੋਂ ਦੇਖੀਆਂ ਜਾਂਦੀਆਂ ਨੇ। ਕਹਿਣ ਦਾ ਮਤਲਬ ਇਹ ਹੈ ਕਿ ਕਰਮ ਭਾਵ ਕਿ ਕੰਮ ਬਾਰੇ ਜਾਣਕਾਰੀ ਲੈਣੀ ਹੈ ਤਾਂ ਆਪਾਂ ਟੈਂਥ ਹਾਊਸ ਤੋਂ ਲੈਣੀ ਹੈ। ਔਰ ਨਾਲ ਹੀ ਪਿਤਾ ਦੇ ਨਾਲ ਜਿਹੜਾ ਹੈ ਬੱਚੇ ਦਾ ਰਿਲੇਸ਼ਨ ਕਿਵੇਂ ਦਾ ਹੋਏਗਾ, ਉਹਨਾਂ ਦੀ ਬਣੇਗੀ ਨਹੀਂ ਬਣੇਗੀ ਪਿਓ ਪੁੱਤਰ ਦੀ, ਇਹ ਵੀ ਚੀਜ਼ ਜਿਹੜੀ ਹੈ ਟੈਂਥ ਹਾਊਸ ਤੋਂ ਦੇਖੀ ਜਾਂਦੀ ਹੈ। ਨੈਕਸਟ ਜੀ 11th ਹਾਊਸ ਯਾਨੀ ਕਿ 11th ਹਾਊਸ। 11th ਹਾਊਸ ਨੂੰ ਜਿਹੜਾ ਹੈ ਲਾਭ ਦਾ ਭਾਵ ਵੀ ਕਿਹਾ ਜਾਂਦਾ ਹੈ ਜਾਂ ਇਹਨੂੰ ਲਕਸ਼ਮੀ ਹਾਊਸ ਵੀ ਕਹਿ ਦਿੰਦੇ ਨੇ। ਕਿਉਂ ਕਹਿ ਦਿੰਦੇ ਨੇ? ਕਿ ਜਿਹੜਾ ਕੰਮ ਅਸੀਂ ਕਰ ਰਹੇ ਹਾਂ ਉਸ ਕੰਮ ਤੋਂ ਸਾਨੂੰ ਲਾਭ ਹੋਏਗਾ ਜਾਂ ਨਹੀਂ ਹੋਏਗਾ ਉਹ 11th ਹਾਊਸ ਤੋਂ ਦੇਖਿਆ ਜਾਂਦਾ ਹੈ। ਇਸ ਤੋਂ ਇਲਾਵਾ ਵੱਡੇ ਭਰਾ ਬਾਰੇ ਜਿਹੜਾ ਹੈ ਉਹ 11th ਹਾਊਸ ਤੋਂ ਦੇਖਿਆ ਜਾਂਦਾ ਹੈ, ਛੋਟੇ ਭੈਣ ਭਰਾਵਾਂ ਬਾਰੇ 3rd ਹਾਊਸ ਤੋਂ, ਵੱਡੇ ਭਰਾ ਬਾਰੇ 11th ਹਾਊਸ ਤੋਂ। ਔਰ ਖੱਬੇ ਕੰਨ ਬਾਰੇ ਜਿਹੜਾ ਹੈ ਉਹ ਵੀ ਇੱਥੋਂ 11th ਹਾਊਸ ਤੋਂ ਦੇਖਿਆ ਜਾਂਦਾ ਹੈ। ਸਾਡੀਆਂ ਇੱਛਾਵਾਂ ਦੀ ਪੂਰਤੀ ਦਾ ਘਰ ਵੀ ਇਹੀ ਹੈ ਕਿ ਇੱਛਾਵਾਂ ਪੂਰੀਆਂ ਹੋਣਗੀਆਂ ਕਿ ਨਹੀਂ ਹੋਣਗੀਆਂ। ਔਰ ਇਸ ਦੇ ਨਾਲ ਨਾਲ ਛੋਟੇ ਮੋਟੇ ਰੋਗ ਜਿਹੜੇ ਨੇ ਉਹ ਵੀ ਸਾਨੂੰ ਲੱਗਦੇ ਨੇ ਉਹ ਵੀ ਇਸ ਹਾਊਸ ਤੋਂ ਦੇਖੇ ਜਾਂਦੇ ਨੇ। ਸੋ ਇਸ ਕਰਕੇ ਜਿਹੜਾ ਹੈ ਇਸਨੂੰ ਵੀ ਜ਼ਿਆਦਾ ਚੰਗਾ ਘਰ ਨਹੀਂ ਮੰਨਿਆ ਜਾਂਦਾ ਕਿਉਂਕਿ ਇਹ ਰੋਗਾਂ ਨੂੰ ਪੈਦਾ ਕਰਦਾ ਹੈ। ਉਸ ਤੋਂ ਬਾਅਦ ਆ ਗਿਆ ਜੀ 12th ਹਾਊਸ। 12th ਹਾਊਸ ਜਿਹੜਾ ਇਸਨੂੰ ਜਮ੍ਹਾਂ ਚੰਗਾ ਨਹੀਂ ਮੰਨਿਆ ਜਾਂਦਾ। ਕਿਉਂ ਨਹੀਂ ਮੰਨਿਆ ਜਾਂਦਾ? ਕਿਉਂਕਿ ਇੱਥੋਂ ਜਿਹੜਾ ਹੈ ਜੇਲ੍ਹ ਬੰਦਾ ਜਾ ਸਕਦਾ ਹੈ, ਜੇਲ੍ਹ ਦਾ ਜਾਣਾ ਇੱਥੋਂ ਦੇਖਿਆ ਜਾਂਦਾ ਹੈ, ਹੋਸਪਿਟਲ ਜਾਣਾ ਇੱਥੋਂ ਦੇਖਿਆ ਜਾਂਦਾ ਹੈ, ਵਿਦੇਸ਼ ਜਾਣਾ ਫੋਰਨ ਜਾਣਾ ਇੱਥੋਂ ਦੇਖਿਆ ਜਾਂਦਾ ਹੈ, ਸੈਟਲਮੈਂਟ ਹੋਣਾ ਇਸ ਘਰ ਤੋਂ ਦੇਖਿਆ ਜਾਂਦਾ ਹੈ, ਸ਼ਯਨ ਸੁੱਖ ਯਾਨੀ ਕਿ ਹਸਬੈਂਡ ਵਾਈਫ ਦੇ ਵਿੱਚ ਰਿਲੇਸ਼ਨ ਸਹੀ ਹੋਣਗੇ ਨਹੀਂ ਹੋਣਗੇ ਉਹ ਵੀ 12th ਹਾਊਸ ਤੋਂ ਦੇਖਿਆ ਜਾਂਦਾ ਹੈ। ਦੇਖੋ ਜੇ ਆਪਾਂ ਗੱਲ ਕਰੀਏ ਪੁਰਾਣੇ ਟਾਈਮ ਦੀ ਤਾਂ ਉਸ ਟਾਈਮ 'ਤੇ ਕੀ ਸੀਗਾ ਕਿ ਵਿਦੇਸ਼ ਜਾਣਾ ਫੋਰਨ ਜਾਣਾ ਜਿਹੜਾ ਸੀ ਉਹ ਚੰਗਾ ਨਹੀਂ ਮੰਨਿਆ ਜਾਂਦਾ ਸੀ ਕਿਉਂਕਿ 7 ਸਮੁੰਦਰਾਂ ਤੋਂ ਪਾਰ ਜਾਣਾ ਜਿਹੜਾ ਸੀ ਧਰਮ ਦੇ ਵਿਰੁੱਧ ਮੰਨਿਆ ਜਾਂਦਾ ਸੀ। ਪਰ ਉਹ ਕਹਿੰਦੇ ਨੇ ਨਾ ਕਿ ਟਾਈਮ ਦੇ ਅਕੋਰਡਿੰਗ ਜਿਹੜਾ ਹੈ ਹਰ ਚੀਜ਼ ਚੇਂਜ ਹੋ ਜਾਂਦੀ ਹੈ। ਸੋ ਉਸੇ ਤਰ੍ਹਾਂ ਹੀ ਹੁਣ ਦੇ ਟਾਈਮ ਦੇ ਅਕੋਰਡਿੰਗ ਦੇਖੀਏ ਤਾਂ ਪੇਰੈਂਟਸ ਖੁਦ ਬੱਚਿਆਂ ਨੂੰ ਜਿਹੜਾ ਹੈ ਵਿਦੇਸ਼ ਫੋਰਨ ਦੇ ਵਿੱਚ ਭੇਜ ਰਹੇ ਨੇ। ਸੋ ਪਰ ਬਾਕੀ ਚੀਜ਼ਾਂ ਦੇਖੀਏ ਕਿ ਸ਼ਯਨ ਸੁੱਖ ਵੀ ਜਿਹੜਾ ਹੈ ਨਹੀਂ ਮਿਲਦਾ ਉਹ ਵੀ 12th ਹਾਊਸ ਤੋਂ ਦੇਖਦੇ ਹਾਂ। ਜੇਲ੍ਹ ਹੋਸਪਿਟਲ ਇਹ ਨਹੀਂ ਕਿ ਤੁਸੀਂ ਹੀ ਹੋਸਪਿਟਲ ਜਾਓ ਤਾਂ ਉਹ ਉਸਦੇ ਲਈ ਮਾੜਾ ਹੈ, ਤੁਹਾਡੀ ਫੈਮਿਲੀ ਦੇ ਵਿੱਚੋਂ ਕੋਈ ਵੀ ਹੋਸਪਿਟਲ ਪਹੁੰਚਦਾ ਹੈ ਕਿਸੇ ਵੀ ਵਜ੍ਹਾ ਦੇ ਕਾਰਨ ਤਾਂ ਉਸਦਾ ਜਿਹੜਾ ਖਰਚਾ ਹੈ ਉਹ ਤੁਹਾਡੀ ਹੀ ਜੇਬ ਵਿੱਚੋਂ ਹੋਏਗਾ, ਇਹ ਚੀਜ਼ ਜਿਹੜੀ ਹੈ ਇੱਥੋਂ ਪਤਾ ਚੱਲਦੀ ਹੈ। ਸੋ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਹੁਣ ਇਹ ਜਿਹੜੇ ਨੇ ਇਹ ਹੈ ਆਪਣੀ ਕੁੰਡਲੀ ਔਰ ਇਹ ਨੇ 12 ਘਰ ਅਤੇ ਉਹਨਾਂ ਦੀ ਨੇਚਰ ਕੀ ਕਿਹੜੀ ਕਿਹੜੀ ਚੀਜ਼ ਆਪਾਂ ਕਿਹੜੇ ਕਿਹੜੇ ਹਾਊਸ ਤੋਂ ਦੇਖ ਸਕਦੇ ਹਾਂ। ਇੱਕ ਗੱਲ ਹੋਰ ਕਲੀਅਰ ਕਰਦਾ ਕਿ ਕੁੰਡਲੀ ਦੇ ਅੰਦਰ 4 ਘਰ ਜਿਹੜੇ ਨੇ ਉਹ ਕੇਂਦਰ ਗਿਣੇ ਜਾਂਦੇ ਨੇ ਜੋ ਕਿ ਅੱਛੇ ਮੰਨੇ ਜਾਂਦੇ ਨੇ। 1st ਹਾਊਸ, 4th ਹਾਊਸ, 7th ਹਾਊਸ ਅਤੇ 10th ਹਾਊਸ, ਇਹਨਾਂ ਨੂੰ ਜਿਹੜਾ ਹੈ ਕੇਂਦਰ ਮੰਨਿਆ ਜਾਂਦਾ ਹੈ ਔਰ ਇਹ ਬਹੁਤ ਚੰਗੇ ਮੰਨੇ ਜਾਂਦੇ ਨੇ। ਉਹ ਗੱਲ ਅਲੱਗ ਹੈ ਕਿ ਜਿਹੜਾ ਹੈ ਇੱਥੇ ਗ੍ਰਹਿ ਕਿਹੜੇ ਬੈਠੇ ਨੇ, ਰਾਸ਼ੀਆਂ ਕਿਹੜੀਆਂ ਬੈਠੀਆਂ ਨੇ। ਉਸ ਤੋਂ ਬਾਅਦ ਆ ਗਿਆ ਤਿਕੋਣ। ਕੁੰਡਲੀ ਦੇ ਵਿੱਚ ਤਿਕੋਣ ਜਿਹੜੀ ਹੈ ਉਹ ਵੀ ਅੱਛੀ ਮੰਨੀ ਜਾਂਦੀ ਹੈ। ਤਿਕੋਣ ਦੇ ਵਿੱਚ 1st ਹਾਊਸ ਕੇਂਦਰ ਦੇ ਵਿੱਚ ਵੀ ਕਾਊਂਟ ਹੁੰਦਾ ਹੈ ਔਰ ਤਿਕੋਣ ਦੇ ਵਿੱਚ ਵੀ 1st ਹਾਊਸ, 5th ਹਾਊਸ ਐਂਡ ਦੈਨ 9th ਹਾਊਸ, ਇਹ ਬਣ ਗਈ ਜੀ ਤਿਕੋਣ। ਦੇਖੋ ਇਹ ਜਿਹੜੇ ਘਰ ਨੇ ਚੰਗੇ ਮੰਨੇ ਜਾਂਦੇ ਨੇ। ਬਾਕੀ ਗ੍ਰਹਿ ਅਤੇ ਰਾਸ਼ੀਆਂ ਮੈਂ ਤੁਹਾਨੂੰ ਕਿਹਾ ਹੈ ਕਿ ਜਿੱਦਾਂ ਦੀਆਂ ਬੈਠਣਗੀਆਂ ਇਹ ਉੱਦਾਂ ਦੇ ਰਿਜ਼ਲਟ ਦੇਣਗੇ। 3rd ਹਾਊਸ ਨੂੰ ਜ਼ਿਆਦਾ ਚੰਗਾ ਨਹੀਂ ਮੰਨਿਆ ਜਾਂਦਾ, 6, 8, 12 ਨੂੰ ਚੰਗਾ ਮੰਨਿਆ ਹੀ ਨਹੀਂ ਜਾਂਦਾ, 11th ਹਾਊਸ ਨੂੰ ਵੀ ਜ਼ਿਆਦਾ ਚੰਗਾ ਨਹੀਂ ਮੰਨਿਆ ਜਾਂਦਾ ਕਿਉਂਕਿ ਇਹ ਛੋਟੇ ਮੋਟੇ ਰੋਗਾਂ ਦਾ ਘਰ ਹੈ। 3rd ਨੂੰ ਤਾਂ ਨਹੀਂ ਮੰਨਿਆ ਜਾਂਦਾ ਕਿਉਂਕਿ ਇਹ ਜਿਹੜਾ ਹੈ ਸਾਡੇ ਤੋਂ ਮਿਹਨਤ ਜਿਹੜੀ ਹੈ ਬਹੁਤ ਜ਼ਿਆਦਾ ਕਰਾਉਂਦਾ ਹੈ। ਹੁਣ ਮੈਂ ਤੁਹਾਨੂੰ ਜਿਹੜਾ ਹੈ ਉਸ ਤੋਂ ਬਾਅਦ ਰਾਸ਼ੀਆਂ ਬਾਰੇ ਦੱਸ ਦਿਆਂ
कि जिवें मैं तुहानूं दस्सिया 12 घर हुंदे ने तां 12 ही राशियां हुंदियां ने। ठीक है जी, फस्ट राशि जिहड़ी है मेष, मेष दा लॉर्ड है मंगल। वृष सैकेंड राशि आ गई, इसका लॉर्ड है शुक्र। शुक्र देवता बारे तुसीं जानदे हो कि दानवां दे गुरु ने, शुक्राचार्य। थर्ड मिथुन, मिथुन की राशि जिहड़ा लॉर्ड है वह है बुध। फोर्थ करक, इसका लॉर्ड है चंद्र। सिंह, सिंह का लॉर्ड है सूर्य। कन्या छेवीं राशि आ गई, इसका लॉर्ड है बुध। तुला सतवीं राशि शुक्र। अठ वृश्चिक, इसका लॉर्ड है मंगल। धनु का लॉर्ड है गुरु। मकर और कुंभ का लॉर्ड है शनि। और मीन का लॉर्ड है गुरु। जे इस तरह आप देखिए कि मतलब इन्हों विचों कई ग्रह यहोजे ने जिन्हों जेड़ा है दो दो राशियां मिली हुई ने। लाइक आप पहले ले लिए मंगल, मंगल ग्रह यानी कि पहली ते अठवीं राशि है ना, ये अठ नंबर ते जेड़े आते हैं ग्रह, इन्हों दोहां जेड़ा है मंगल ग्रह में जेड़ा है दो राशियां मिली ने कुंडली दे अकॉर्डिंग चलीए तो आप मेष राशि ते वृश्चिक राशि। उस तो बाद आ गया शुक्र ग्रह। शुक्र ग्रह किनवे नंबर ते है, सैकेंड नंबर ते ते सैवंथ नंबर ते। शुक्र ग्रह ते जेड़ा है इनू भी दो राशियां मिलिया ने, वृष और तुला। उस तो बाद बुध ग्रह की गल करिए, बुध ग्रह जेड़ा है थर्ड और सिक्स नंबर ते है, इसनू भी दो राशियां मिलिया ने मिथुन और कन्या। और गुरु नू भी दो राशियां मिलिया ने धनु ते मीन। और शनि नू भी जेड़ा है दो राशियां मिलिया ने मकर और कुंभ। जे देखा जाए तो ऑलमोस्ट सारे मोस्टली ग्रहों को जड़ा है दो दो राशियां मिलिया ने, बट इतने करक अते सिंह ये दो एहोजे मतलब चंद्र ते सूर्य एहोजे ग्रह ने जिन्हों जड़ा है सिंगल सिंगल राशि जड़ी है वह मिली हुई है। हुण इन्हां राशियां नू जिहड़ा है सीरियल ऑर्डर दे विच लर्न तुसी करना है। आपां एक बार तो फिर नैक्सट टॉपिक दे अंदर जिहड़ा है सैशन दे विच इन्हां नू फिर तो रिपीट करांगे आपां, तां जो तुहानूं इह अच्छी तरह लर्न हो जाण। मेरा जिहड़ा मेन मकसद की है, मेरा मेन मोटिव यही है कि तुहानूं वहमां दे विचों जिहड़ा है बाहर कढ़िया जावे। जो तुहानूं एस्ट्रोलॉजर जिहड़े ने उह लुट रहे ने, उन्हां नू जिहड़ा है दो चार गल्लां दा पता हुंदा है और उन्होंने एक लुट दा जिहड़ा कह लो कि साधन बनाया होया है, तुसी उस चीज़ तो बच सको। देखो ज़्यादा नहीं तां तुसी अपनी जिहड़ी है कुंडली बारे बेसिक नॉलेज तो तुसी प्राप्त कर ही सकते हो, आप ज़्यादा डीपली नहीं भी जाते तो फिर भी बेसिक नॉलेज जिहड़ी है वो तुहानूं होनी बहुत जरूरी है। ता जो अगर तुसी, पर मैं तुहानूं इन्ना को वधिया सिखा दूंगी कि तुसी जिहड़ा है तुहानूं किसी कोल जाण दी लोड़ ही नहीं पैनी। चलो फिर भी तुहानूं हुंदा कि नहीं डिस्कस करना अच्छी गल है, डिस्कस करदे हो किसी एस्ट्रोलॉजर नाल जाके, तां उह अगर तुहाडे नाल कोई गल तुहानूं दसदा है कि तुहाडी लाइफ दे विच आ वाले प्लैनेट्स दी युति दे कारण जिहड़ा है आ प्रॉब्लम आ रही है, अगर तुहानूं नॉलेज होएगी तां उस दे नाल की है कि तुसी उसनूं उहनां दीआं कईआं कईआं गल्लां नूं अच्छी तरह समझ पाओगे। सो मैं यही कहना चाहती हाँ कि तुसी इस चीज़ नूं चंगी तरह समझो और इहनूं याद करो तां जो तुहाडी बेसिक नॉलेज वधे। और जिहड़ा मेरी इस वीडियो नूं जिहड़ा है शेयर करेगा उसनूं, वैसे तो मेरी फीस जिहड़ी आ बहुत जैनुअन है, पर उसनूं जिहड़ा है फिर मेरे शेयर करन तो बाद जिहड़ा है उसनूं कुंडली चार्जिस दे विच जिहड़ा है कंसैशन भी दिता जाएगा। सो इस चीज़ नूं अच्छी तरह लर्न करो। मिलते हैं आपां नैक्सट सैशन दे अंदर। सत श्री अकाल।